ਆ ਇਦਾਂ ਕਰਕੇ ਆ ਦੇਖੋ ਇਹਨੂੰ ਇਹਦੇ ਆਪਾਂ ਇੱਦਾਂ ਦੋ ਚੱਕਰ ਮਾਰ ਲੈ ਇੱਕ ਅਤੇ ਆਹ ਮਾਰ ਲਿਆ ਦੋ ਅਤੇ ਫਿਰ ਆਪਾਂ ਜਿਹੜੀ ਆਪਣੀ ਲੂਪ ਬਣ ਗਿਆ ਵੱਡਾ ਲੂਪ ਵੱਡੇ ਲੂਪ ਦੇ ਵਿੱਚ ਦੀ ਆ ਰੱਸੀ ਕੱਢਣੀ ਆ ਇੱਦਾਂ ਅੰਦਰੋਂ ਦੀ ਆ ਅੰਦਰੋਂ ਦੀ ਕੱਢ ਕੇ ਇਹਨੂੰ ਉੱਪਰ ਨੂੰ ਛੱਡ ਦੇਣਾ ਐਂ ਟਾਈਟ ਕਰ ਦੇਣਾ ਹੁਣ ਇੱਦਾਂ ਇੱਥੇ ਟਾਈਟ ਕਰਕੇ ਇਹਦੀ ਗੰਢ ਦੇ ਦੇਣੀ ਇੱਥੇ ਆ ਗੰਢ ਫਿਰ ਇੱਥੇ ਗੰਢ ਰਹੇ ਨੇ ਇਕੱਲਾ ਬੰਦਾ ਵੀ ਇਹ ਰੱਸੀ ਨੂੰ ਪਾ ਸਕਦਾ ਇੰਡੀਆ ਚ ਨੀ ਆਪਣੇ ਜ਼ੋਰ ਲਾਉਂਦੇ ਤੇ ਦੋ ਦੋ ਦਿਨ ਤਿੰਨ ਜਾਣੇ ਖਿੱਚੋ 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 ਆਹ ਇਕੱਲਾ ਵੀ ਇਦਾਂ ਇਹਦੇ ਨਾਲ ਟਾਈਟ ਬਹੁਤ ਹੋ ਜਾਂਦਾ ਠੀਕ ਇਹ ਗੁਰਨ ਦਾ ਤਰੀਕਾ ਵਧੀਆ ਬਸ ਇਹ ਨਹੀਂ ਆ ਭਾਈ ਅੱਛਾ ਇੱਥੋਂ ਫੜ ਲੈਣਾ ਆਹ ਇੱਥੋਂ ਇਹਦਾ ਆਂਦਾ ਜਾ ਕਰ ਲਿਆ ਆਹ ਇਸ ਰੱਸੀ ਨੂੰ ਉੱਪਰੋਂ ਲੈ ਕੇ ਦੋ ਗੇੜੇ ਉਹਦੇ ਰੱਸੀ ਦੇ ਨਾਲ ਇਦਾਂ ਲਾ ਇਦਾਂ ਫੜੀ ਇੱਕੋ ਇਦਾਂ ਮੈਂ ਤਾਂ ਦੱਸਾਂ ਮੈਂ ਅੱਜ ਕਿ ਇਦਾਂ ਨਾਲ ਲਾ ਲਓ ਅੱਛਾ 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 ਫਿਰ ਇਹਦੇ ਚੱਕਰ ਦੇਣੇ ਦੋ ਗੇੜੇ ਇੱਕ ਤੇ ਦੋ ਦੇ ਕੇ ਆਹ ਫਿਰ ਲੂਪ ਬਣ ਜੂਗਾ ਵੱਡਾ ਇਹਦੇ ਵਿੱਚ ਦੀ ਬਾਤ ਕਰ ਲੈਣੀ ਉਹਦੇ ਵਿੱਚ ਦੀ ਰੱਸੀ ਕੱਢ ਕੇ ਉਹਨੂੰ ਥੱਲੇ ਨੂੰ ਕਰਦੇ ਹਾਂ ਇਹ ਪੰਜ ਸੱਤ ਵਾਰੀ ਕਰੋ ਨਾ ਫਿਰ ਆ ਜਾਂਦੀ ਆ ਇੱਦਾਂ ਨਹੀਂ ਬਾਹਲੀ ਤਾਂ ਨਹੀਂ ਹੈਗੀ ਪਰ ਆਪੇ